सत श्री अकाल दोस्तों, तुहाडा सारयां दा एक बार फिर तो आई न्यूज़ पंजाब दीयां खबरां विच स्वागत है। तुसी इत्थे हर खबर एक एक करके विस्तार विच जाणोगे, पर उस तो पहला तुहानू सब नू एक बेनती है कि इस वीडियो नू लाइक करो अते पूरा जरूर देखो। आओ जानदे हां अज दी पहली वड्डी खबर। पंजाब विच कोरोना दी मुड़ दहशत, नियमां दी पालना ना करना पै रहा महंगा। जी हां दोस्तों, तुहानू दस दईए कि पंजाब विच कोरोना दी दहशत वधन लगी है। सोमवार नू कोरोना नाल 15 होर व्यक्तियां दी मौत मगरों सरकार चौकस हो गई है। पंजाब विच पिछले एक दिन विच 399 सजरे मामले भी सामने आए हन। नोडल अधिकारी राजेश भास्कर मुताबिक सूबे विच कोरोना दे केस मुड़ वध रहे हन। इस दा कारण लोकां वल्लों सुरक्षा नियम ਦੀ ਪਾਲਣਾ ਨਾ ਕਰਨਾ ਹੈ। ਉਹਨਾਂ ਕਿਹਾ ਕਿ ਮਾਸਕ ਨਾ ਪਾਉਣ ਤੇ ਸਮਾਜਿਕ ਦੂਰੀ ਨਾ ਬਣਾ ਕੇ ਰੱਖਣ ਕਰਕੇ ਹਾਲਾਤ ਹੋਰ ਵਿਗੜ ਸਕਦੇ ਹਨ। ਦੱਸ ਦਈਏ ਕਿ ਮੰਗਲਵਾਰ ਨੂੰ ਲੁਧਿਆਣਾ ਤੇ ਜਲੰਧਰ ਵਿੱਚ 3-3, ਗੁਰਦਾਸਪੁਰ ਤੇ ਹੁਸ਼ਿਆਰ ਵਿੱਚ 2-2, ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਪਟਿਆਲਾ ਤੇ ਤਰਨ ਤਾਰਨ ਵਿੱਚ 1-1 ਵਿਅਕਤੀ ਦੀ ਮੌਤ ਕੋਰੋਨਾ ਨਾਲ ਹੋਈ ਹੈ। ਸੂਬੇ ਵਿੱਚ ਪਿਛਲੇ ਇੱਕ ਦਿਨ ਵਿੱਚ 399 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਉੱਧਰ ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਿਕ ਭਾਰਤ ਵਿੱਚ ਹੁਣ ਤੱਕ ਕੋਰੋਨਾ ਲਾਗ ਦੇ 21.15 ਕਰੋੜ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ ਤੇ ਦੇਸ਼ ਵਿੱਚ ਕੋਰੋਨਾ ਦੀ ਕੌਮੀ ਪੋਜ਼ਿਟਿਵ ਦਰ 5.20% ਤੇ ਸਥਿਰ ਰਹੀ ਹੈ। ਕੈਨੇਡਾ ਜਾਣ ਵਾਲੇ ਸਾਵਧਾਨ, ਸਰਕਾਰ ਵੱਲੋਂ ਸਖਤ ਨਿਯਮ ਲਾਗੂ। ਜੀ ਹਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਕੈਨੇਡਾ ਜਾਣ ਵਾਲਿਆਂ ਲਈ ਅਹਿਮ ਖਬਰ ਹੈ। ਕੋਰੋਨਾ ਵਾਇਰਸ ਦੇ ਤਾਜ਼ਾ ਮਾਮਲਿਆਂ ਕਰਕੇ ਕੈਨੇਡਾ ਸਰਕਾਰ ਨੇ ਦੇਸ਼ ਤੋਂ ਬਾਹਰੋਂ ਆਉਣ ਵਾਲੇ ਯਾਤਰੀਆਂ ਲਈ ਕੁਝ ਸਖਤ ਫੈਸਲੇ ਲਏ ਹਨ। ਹੁਣ ਕੌਮਾਂਤਰੀ ਹਵਾਈ ਯਾਤਰੀਆਂ ਨੂੰ ਕੈਨੇਡਾ ਪਹੁੰਚਣ ਉਪਰੰਤ ਕੋਵਿਡ-19 ਦਾ ਟੈਸਟ ਲਾਜ਼ਮੀ ਤੌਰ ਤੇ ਕਰਵਾਉਣਾ ਪਵੇਗਾ। ਇਸ ਦੇ ਨਾਲ ਹੀ ਯਾਤਰੀਆਂ ਨੂੰ 3 ਦਿਨਾਂ ਤੱਕ ਆਪਣੇ ਟੈਸਟ ਦੇ ਨਤੀਜਿਆਂ ਦੀ ਉਡੀਕ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੋਟਲਾਂ ਵਿੱਚ ਰਹਿ ਕੇ ਕਰਨੀ ਹੋਵੇਗੀ। ਹਾਸਲ ਜਾਣਕਾਰੀ ਮੁਤਾਬਿਕ ਕੈਨੇਡਾ ਸਰਕਾਰ ਨੇ ਕੁਝ ਹੋਟਲਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਸਰਕਾਰੀ ਵੈਬਸਾਈਟ ਅਨੁਸਾਰ ਇਹ ਹੋਟਲ 4 ਕੈਨੇਡੀਅਨ ਸ਼ਹਿਰਾਂ ਵੈਨਕੂਵਰ, ਕੈਲਗਰੀ, ਟੋਰਾਂਟੋ ਤੇ ਮਾਂਟਰੀਅਲ ਵਿੱਚ ਹਨ, ਜਿੱਥੇ ਇਸ ਸਮੇਂ ਕੌਮਾਂਤਰੀ ਹਵਾਈ ਯਾਤਰੀਆਂ ਨੂੰ ਆਉਣ ਦੀ ਆਗਿਆ ਹੈ। ਨੌਕਰੀ ਪੇਸ਼ਾ ਲੋਕਾਂ ਲਈ ਵੱਡੀ ਖੁਸ਼ਖਬਰੀ, EPF ਤੇ ਵਾਪਸ ਹੋ ਸਕਦੇ ਇਹ ਨਿਯਮ। ਜੀ ਹਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਸਰਕਾਰ ਨਿੱਜੀ ਖੇਤਰ ਦੇ ਨੌਕਰੀ ਪੇਸ਼ਾ ਲੋਕਾਂ ਨੂੰ ਇੱਕ ਵੱਡੀ ਖੁਸ਼ਖਬਰੀ ਦੇ ਸਕਦੀ ਹੈ। EPF ਵਿੱਚ 2.5 ਲੱਖ ਰੁਪਏ ਤੋਂ ਉੱਪਰ ਦੀ ਰਕਮ ਤੇ ਮਿਲਣ ਵਾਲੇ ਵਿਆਜ ਤੇ ਟੈਕਸ ਲਾਉਣ ਦਾ ਨਿਯਮ ਵਾਪਸ ਲਿਆ ਜਾ ਸਕਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2021 ਵਿੱਚ ਇਸ ਦਾ ਪ੍ਰਸਤਾਵ ਕੀਤਾ ਸੀ। ਵਿੱਤ ਮੰਤਰੀ ਨੇ ਕਿਹਾ ਸੀ ਕਿ EPF ਵਿੱਚ ਕਰਮਚਾਰੀ ਦੇ ਸਾਲ ਵਿੱਚ 2.5 ਲੱਖ ਰੁਪਏ ਤੋਂ ਜ਼ਿਆਦਾ ਦੇ ਯੋਗਦਾਨ ਤੇ ਮਿਲਣ ਵਾਲੇ ਵਿਆਜ ਤੇ ਟੈਕਸ ਲਗਾਇਆ ਜਾਵੇਗਾ। ਸਰਕਾਰ ਦਾ ਕਹਿਣਾ ਸੀ ਕਿ ਇਸ ਕਦਮ ਨਾਲ ਸਿਰਫ ਉਹਨਾਂ ਲੋਕਾਂ ਤੇ ਅਸਰ ਪਵੇਗਾ ਜਿਨ੍ਹਾਂ ਦੀ ਆਮਦਨ ਜ਼ਿਆਦਾ ਹੈ ਅਤੇ EPF ਵਿੱਚ ਜ਼ਿਆਦਾ ਪੈਸੇ ਪਾਉਂਦੇ ਹਨ, ਜੋ 1% ਤੋਂ ਵੀ ਘੱਟ ਹਨ। ਹਾਲਾਂਕਿ ਸੀਤਾਰਮਨ ਨੇ ਹੁਣ ਕਿਹਾ ਹੈ ਕਿ ਇਸ ਨਿਯਮ ਦੀ ਸਮੀਖਿਆ ਕਰਨ ਲਈ ਉਹ ਤਿਆਰ ਹਨ। ਹੁਣ ਤੱਕ ਕਰਮਚਾਰੀ ਭਵਿੱਖ ਫੰਡ ਤੇ ਮਿਲਣ ਵਾਲੇ ਵਿਆਜ ਤੇ ਟੈਕਸ ਨਹੀਂ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ EPF ਦਾ NPS ਵਿੱਚ ਰਲੇਵਾ ਨਹੀਂ ਕੀਤਾ ਜਾਵੇਗਾ। ਪੰਜਾਬ ਵਿੱਚ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਸਰਕਾਰ ਚੌਕਸ, ਅੱਜ ਕੈਪਟਨ ਅਮਰਿੰਦਰ ਸਿੰਘ ਲੈਣਗੇ ਜਾਇਜ਼ਾ। ਜੀ ਹਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਕੋਰੋਨਾ ਦੇ ਵੱਧਦੇ ਕੇਸਾਂ ਕਰਕੇ ਦਹਿਸ਼ਤ ਵਧਣ ਲੱਗ ਪਈ ਹੈ। ਇੱਕ ਰਿਪੋਰਟ ਦੇ ਮੁਤਾਬਿਕ ਬੀਤੇ ਦਿਨੀ ਕੋਰੋਨਾ ਨਾਲ 15 ਹੋਰ ਵਿਅਕਤੀਆਂ ਦੀ ਮੌਤ ਮਗਰੋਂ ਸਰਕਾਰ ਚੌਕਸ ਹੋ ਗਈ ਹੈ। ਪੰਜਾਬ ਵਿੱਚ ਪਿਛਲੇ ਇੱਕ ਦਿਨ ਵਿੱਚ 399 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਕੋਰੋਨਾ ਦੇ ਮਾਮਲੇ ਵਧਣ ਦਾ ਕਾਰਨ ਲੋਕਾਂ ਵੱਲੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ। ਉਹਨਾਂ ਕਿਹਾ ਕਿ ਮਾਸਕ ਨਾ ਪਾਉਣ ਤੇ ਸਮਾਜਿਕ ਦੂਰੀ ਬਣਾ ਕੇ ਨਾ ਰੱਖਣ ਕਰਕੇ ਹਾਲਾਤ ਹੋਰ ਵਿਗੜ ਸਕਦੇ ਹਨ। ਇਸ ਦੇ ਚੱਲਦੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਹਤ ਮਾਹਰਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਪੰਜਾਬ ਵਿੱਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕਰਨਗੇ। ਇਸ ਵਿੱਚ ਸਿਹਤ ਕਰਮਚਾਰੀਆਂ ਦੇ ਕੋਰੋਨਾ ਟੀਕਾ ਨਾ ਲਗਵਾਉਣ ਸੰਬੰਧੀ ਫੈਸਲਾ ਲਿਆ ਜਾ ਸਕਦਾ ਹੈ।
चंगी खबर, विदेश जान दे चाहवाना नू पंजाब सरकार मुफ्त देवेगी यह सहूलत, इंज करो अपलाई। जी हाँ दोस्तों, तुहानू दस दईए कि पंजाब सरकार ने पंजाब घर घर रुजगार अते कारोबार मिशन तहत विदेशां विच पढ़ाई अते नौकरी करन दे चाहवान नौजवानां दी मुफ्त काउंसलिंग लई फॉरन स्टडी एंड प्लेसमेंट सैल की शुरुआत की है। इस संबंधी जानकारी दिंदिया रुजगार उत्पत्ति मंत्री चरणजीत सिंह चन्नी ने दसिया कि विदेशां विच पढ़न अते नौकरी करन दे चाहवान नौजवानां लई इह प्रोजैक्ट मुख्यमंत्री कैप्टन अमरिंदर सिंह दी दूरअंदेशी सोच दा नतीजा है। चरणजीत चन्नी ने कहा कि महकमे वल्लों विदेशां विच पढ़न अते नौकरी करन दे चाहवान नौजवानां नूं मुफ्त काउंसलिंग सेवा मुहैया करवाई जाएगी। विदेशी काउंसलिंग लई रजिस्ट्रेशन 21 तों 25 फरवरी 2021 तक की जा सकती है। चाहवान उम्मीदवार रजिस्ट्रेशन लई संबंधित जिला रुजगार ब्यूरो एंड एंटरप्राइज दे ऑनलाइन लिंक ते जाके रजिस्टर्ड कर सकते हैं जां जिला ब्यूरो दफ्तर नाल संपर्क कर सकते हैं। दिल्ली पुलिस वालों टीकरी बॉर्डर ते बैठे किसानां नूं चेतावनी, संयुक्त किसान मोर्चा वालों सख्त नोटिस। जी हाँ दोस्तों, तुहानूं दस दईए कि दिल्ली पुलिस वालों टीकरी बॉर्डर ते बैठे किसानां नूं चेतावनी दित्ती है। पुलिस ने धरने वाली थां तों लंघदी मैट्रो लाइन दे खंभियां ते होर थावां ते हिंदी ते पंजाबी विच पोस्टर लाए हन। पोस्टरां विच चेतावनी दित्ती गई है कि इह थां खाली कीती जावे। संयुक्त किसान मोर्चा ने पुलिस दी इस कारवाई दी तिखी आलोचना कीती। अज प्रेस नोट जारी करके संयुक्त किसान मोर्चा ते होर जथेबंदियां ने टीकरी बॉर्डर ते तिना खेती कानूनां नूं रद्द करन लई दित्ते जा रहे धरने वाली थां नूं खाली करन लई दिल्ली पुलिस वल्लों लाए नोटिसां दी निखेधी कीती है। किसान लीडरां ने कहा कि दिल्ली पुलिस वल्लों टीकरी बॉर्डर ते चल रहे धरने वाली थां उत्तों लंघदी मैट्रो लाइन दे खंभियां अते होर थावां ते हिंदी ते पंजाबी विच इह पोस्टर लाए गए हन। इस तरह बनवाओ नव जम्मे बच्चे दा आधार कार्ड, जानो केड़े दस्तावेजां दी पवेगी जरूरत। जी हाँ दोस्तों, तुहानू दस दईए कि UIDAI ने देश विच पैदा होण वाले नव जम्मे बच्चियां लई वी आधार कार्ड बनवाउण दी सहूलत दित्ती है। तुहानू दस दईए कि देश दे कुछ हस्पताल वी अपने इत्थे जन्मे बच्चियां दा आधार कार्ड बनाउण लई प्रोसैस पूरा कर लैंदे हन। अजोके समें बच्चियां तों लै के वड्डियां तक सब दे लई आधार कार्ड जरूरी है। इस तों ना कई कमां विच रुकावट पै सकदी है। UIDAI ने इह जानकारी ट्वीट राहीं दित्ती। UIDAI ने ट्वीट विच लिखिया है कि हर कोई आधार लई इनरोल करवा लवे, इत्थों तक कि इक नव जम्मे बच्चे लई भी रजिस्ट्रेशन करवाई जा सकदी है, जिस दे लई जन्म प्रमाण पत्र ते माता पिता विचों किसी इक दे आधार कार्ड की जरूरत पवेगी। 1 तों 5 साल तक कदे बच्चे दे आधार कार्ड लई बायोमैट्रिक डाटा नहीं लिया जाता। देश दे लखां पेंशन भोगियां लई जरूरी खबर, पुरानी पेंशन व्यवस्था OPS लागू करन बारे सरकार ने इह कहा। जी हाँ दोस्तों, तुहानू दस दईए कि केंद्र दे सूबा सरकार दे मुलाजमां लई जरूरी खबर है। सरकार ने पुरानी पेंशन योजना बहाल करन तों इनकार कर दिता। सरकार ने कहा है कि NPS ते OPS विच काफी फर्क है, इस दे बेनीफिट्स वखरे हन, उन्हां दा मुकाबला नहीं हो सकदा। NPS इक कंट्रीब्यूटरी पेंशन स्कीम है। इस विच NPS नाल जुड़न दी उम्र, सबस्क्रिप्शन पीरियड, इन्वेस्टमेंट दी रकम, एनुइटी ऑप्शन शामिल हन। इह मार्केट लिंक्ड प्रोडक्ट है जिस नूं PF RDA संभालदा है। इह बाजार तों रिटर्न ते आधारित है ते इस विच रिटर्न दी गारंटी नहीं है। हालांकि PF RDA विच अजिहा मैनेजमेंट कीता है जिस नाल रिटर्न वधिया मिले। असल विच कौमी पेंशन प्रणाली दे दायरे विच आउण वाले केंद्र सरकार दे सूबियां दे सरकारी मुलाजमां ने पुरानी पेंशन व्यवस्था लागू करन दी मंग चुकी। ब्रिटेन कर सकदा नवे टेक वीजा सिस्टम दा ऐलान, भारती पेशेवरां नूं होवेगा फायदा। जी हाँ दोस्तों, तुहानूं दस दईए कि UK विच वित्ती टेक्नोलॉजी उद्योग नूं हुलारा देण लई वित्त मंत्री रिशी सुनक आउण वाले बजट प्रस्ताव विच तकनीकी वीजा प्रणाली दी घोषणा कर सकदे हन। ओह इन्हीं दिनी इस फास्ट ट्रैक वीजे नाल जुड़े प्रस्ताव लई तैयारी कर रहे हन। सुनक पूरी दुनिया दे होणहार लोकां नूं आकर्षित करन लई अजिहा कर सकदा
ਕਰਦੇ ਹਨ। ਇਹ ਬ੍ਰਿਟੇਨ ਵਿੱਚ ਸ਼ੁਰੂਆਤ ਅਤੇ 7 ਬਿਲੀਅਨ ਡਾਲਰ ਦੇ ਫਾਈਨ ਟੈਕ ਸੈਕਟਰ ਨੂੰ ਹੁਲਾਰਾ ਦੇਵੇਗਾ। ਸਟਾਰਟਅਪ ਦੀ ਸਥਾਪਨਾ ਨਾਲ ਅਰਥਵਿਵਸਥਾ ਦਾ ਵਿਸਤਾਰ ਹੋਵੇਗਾ ਅਤੇ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਡੇਲੀ ਟੈਲੀਗ੍ਰਾਫ ਦੇ ਅਨੁਸਾਰ ਸਿਸਟਮ ਦੇ ਵਧੇਰੇ ਵੇਰਵੇ ਸਾਹਮਣੇ ਨਹੀਂ ਆਏ ਹਨ, ਪਰ ਮਾਹਰ ਮੰਨਦੇ ਹਨ ਕਿ ਇਹ 2020 ਵਿੱਚ ਗਲੋਬਲ ਟੈਲੈਂਟ ਵੀਜ਼ੇ ਵਰਗਾ ਹੀ ਹੋਵੇਗਾ। ਨਵਜੋਤ ਸਿੱਧੂ ਨੂੰ ਅਹੁਦਾ ਦੇਣ ਬਾਰੇ ਹਰੀਸ਼ ਰਾਵਤ ਦਾ ਵੱਡਾ ਬਿਆਨ ਆਇਆ ਸਾਹਮਣੇ। ਆਖੀ ਇਹ ਗੱਲ। ਜੀ ਹਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਲੰਬੇ ਸਮੇਂ ਤੋਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਲਾਈਆਂ ਜਾ ਰਹੀਆਂ ਕਿਆਸਰਾਈਆਂ ਤੇ ਹੁਣ ਰੋਕ ਲੱਗ ਸਕਦੀ ਹੈ, ਕਿਉਂਕਿ ਬਜਟ ਇਜਲਾਸ ਤੋਂ ਬਾਅਦ ਕਾਂਗਰਸ ਹਾਈ ਕਮਾਨ ਸਿੱਧੂ ਤੇ ਫੈਸਲਾ ਲੈ ਸਕਦੀ ਹੈ। ਇਸ ਦੌਰਾਨ ਚੰਡੀਗੜ੍ਹ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਨੇ ਕਿਹਾ ਕਿ ਜਲਦੀ ਤੈਅ ਹੋ ਜਾਵੇਗਾ ਕਿ ਸਿੱਧੂ ਰਾਸ਼ਟਰੀ ਪੱਧਰ ਤੇ ਪਾਰਟੀ ਲਈ ਕੰਮ ਕਰਨਗੇ ਜਾਂ ਫਿਰ ਸੂਬਾ ਪੱਧਰ ਤੇ ਕੋਈ ਜ਼ਿੰਮੇਵਾਰੀ ਸੰਭਾਲਣਗੇ। ਉਹਨਾਂ ਨੇ ਕਿਹਾ ਕਿ ਖੁਦ ਸਿੱਧੂ ਵੀ ਸਪਸ਼ਟ ਕਰ ਚੁੱਕੇ ਹਨ ਕਿ ਰਾਹੁਲ ਗਾਂਧੀ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪਣਗੇ ਉਹ ਉਹਨਾਂ ਨੂੰ ਮਨਜ਼ੂਰ ਹੋਵੇਗੀ। ਜਿੱਥੇ ਤੱਕ ਪੰਜਾਬ ਮੰਤਰੀ ਮੰਡਲ ਵਿੱਚ ਮੁੜ ਵਾਪਸੀ ਦਾ ਸਵਾਲ ਹੈ ਤਾਂ ਰਾਵਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਨ, ਪਰ ਕਿਸੇ ਕਾਰਨ ਕਰਕੇ ਅਜੇ ਤੱਕ ਇਹ ਸੰਭਵ ਨਹੀਂ ਹੋ ਸਕਿਆ। ਦੋਸਤੋ, ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਿਓ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।